ਅਕਸਰ ਅਸੀਂ ਵੇਖਦੇ ਹਾਂ ਕਿ ਜਦੋਂ ਦੇਸ਼ ਦੇ ਕਿਸੇ ਵੀ ਸੂਬੇ ਦੇ ਵਿੱਚ ਜਾਂ ਦੇਸ਼ ਭਰ ਦੇ ਵਿੱਚ ਚੋਣਾਂ ਦਾ ਸਮਾਂ ਹੁੰਦਾ ਤਾਂ ਰਾਜਨੀਤਿਕ ਪਾਰਟੀਆਂ ਦੇ ਵੱਖ ਵੱਖ ਆਗੂਆਂ ਵੱਲੋਂ ਦਲ ਬਦਲੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਜਾਂਦੀ ਹੈ। ਕਈ ਅਜਿਹੇ ਰਾਜਨੀਤਿਕ ਆਗੂ ਜਿਸ ਪਾਰਟੀ ਦੇ ਵਿੱਚ ਸਾਰੀ ਉਮਰ ਰਹਿੰਦੇ ਨੇ ਉਸ ਪਾਰਟੀ ਨੂੰ ਆਪਣੀ ਮਾਂ ਪਾਰਟੀ ਦੱਸਦੇ ਨੇ, ਆਪਣੀ ਪੁਸ਼ਤੈਨੀ ਪਾਰਟੀ ਦੱਸਦੇ ਨੇ, ਪਰੰਤੂ ਜਦੋਂ ਵਿਧਾਨ ਸਭਾ ਚੋਣਾਂ ਦਾ ਸਮਾਂ ਆਉਂਦਾ ਜਾਂ ਫਿਰ ਲੋਕ ਸਭਾ ਚੋਣਾਂ ਦਾ ਸਮਾਂ ਆਉਂਦਾ ਤਾਂ ਉਹਨਾਂ ਵੱਲੋਂ ਆਪਣੀ ਮਾਂ ਪਾਰਟੀ ਅਤੇ ਪੁਸ਼ਤੈਨੀ ਪਾਰਟੀਆਂ ਨੂੰ ਛੱਡ ਕੇ ਹੋਰਨਾਂ ਪਾਰਟੀਆਂ ਵੱਲ ਰੁੱਖ ਕਰ ਲਿਆ ਜਾਂਦਾ। ਤਾਂ ਇੱਕ ਪੰਜਾਬੀ ਦਾ ਮਸ਼ਹੂਰ ਗੀਤ ਵੀ ਹੈ ਕਿ ਮੌਸਮ ਦਲ ਬਦਲੂਆਂ ਦਾ ਆਇਆ, ਕਿਸੇ ਪੰਜਾਬੀ ਕਲਾਕਾਰ ਵੱਲੋਂ ਇਹ ਗੀਤ ਗਾਇਆ ਗਿਆ। ਸੋ ਜਿਵੇਂ ਹੁਣ ਪੰਜਾਬ ਦੇ ਵਿੱਚ ਤੁਸੀਂ ਹਾਲਾਤ ਵੇਖਦੇ ਆ, ਪਹਿਲਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਾਲਾਤ ਵੇਖੇ ਸੀ ਅਤੇ ਹੁਣ ਸਾਲ 2024 'ਚ ਦੇਸ਼ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਅਸੀਂ ਹਾਲਾਤ ਵੇਖ ਰਹੇ ਹਾਂ। ਤਾਂ ਮੈਨੂੰ ਲੱਗਦਾ ਕਿ ਜਿਨ੍ਹਾਂ ਰਾਜਨੀਤਿਕ ਆਗੂਆਂ ਵੱਲੋਂ ਪਾਰਟੀਆਂ ਬਦਲੀਆਂ ਜਾ ਰਹੀਆਂ ਨੇ, ਇਹ ਗਾਣਾ ਉਹਨਾਂ 'ਤੇ ਬੇਹੱਦ ਵਧੀਆ ਢੁੱਕਦਾ। ਸੋ ਬੀਤੇ ਕੱਲ੍ਹ ਵੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ 8 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ, ਜਿਸ ਵਿੱਚੋਂ 4 ਕੈਬਨਿਟ ਮੰਤਰੀ ਨੇ, ਇੱਕ ਵਿਧਾਇਕ ਹੈ, ਇੱਕ ਕਲਾਕਾਰ ਹੈ ਅਤੇ 2 ਜਿਹੜੇ ਉਸ ਵਿੱਚੋਂ ਨੁਮਾਇੰਦੇ ਨੇ ਉਹ ਕਾਂਗਰਸ ਦੇ ਨੇ, ਇੱਕ GP ਨਾਮ ਹੈ ਉਹਨਾਂ ਦਾ ਅਤੇ ਇੱਕ ਜਲੰਧਰ ਤੋਂ ਹੀ ਸੁਸ਼ੀਲ ਕੁਮਾਰ ਰਿੰਕੂ। ਹਾਲਾਂਕਿ ਜ਼ਿਮਨੀ ਚੋਣ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਤਰਫੋਂ ਲੜੀ ਗਈ ਸੀ ਅਤੇ ਜਿੱਤ ਵੀ ਹਾਸਲ ਕੀਤੀ ਗਈ ਸੀ, ਪਰੰਤੂ ਚੋਣਾਂ ਤੋਂ ਐਨ ਪਹਿਲਾਂ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ 'ਚੋਂ ਉਹਨਾਂ ਨੂੰ ਆਪਣੀ ਪਾਰਟੀ 'ਚ ਜੁਆਇਨ ਕਰਵਾਉਂਦੀ ਹੈ। ਸੋ ਅੱਜ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਵਰਤਾਰਾ ਵਾਪ ਰਿਹਾ, ਤੁਸੀਂ ਸਭ ਨੇ ਵੇਖਿਆ ਹੋਵੇਗਾ ਕਿ ਮੌਜੂਦਾ ਕਾਂਗਰਸ ਦੇ ਹਲਕਾ ਚੱਬਿਆਲ ਤੋਂ ਵਿਧਾਇਕ ਡਾਕਟਰ ਰਾਜ ਕੁਮਾਰ ਚੱਬਿਆਲ ਇੱਕ ਵੱਡਾ ਚਿਹਰਾ ਪੰਜਾਬ ਦੀ ਸਿਆਸਤ ਦੇ ਵਿੱਚ, ਇੱਕ ਵੱਡਾ ਦਲਿਤ ਚਿਹਰਾ ਆਪਾਂ ਕਹਿ ਸਕਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ, ਤਾਂ ਉਹਨਾਂ ਵੱਲੋਂ ਵੀ ਅੱਜ ਆਪਣੀ ਕਾਂਗਰਸ ਪਾਰਟੀ 'ਚੋਂ ਉਡਾਰੀ ਮਾਰ ਕੇ ਝਾੜੂ ਵਾਲਿਆਂ ਦੀ ਬੇੜੀ ਦੀ ਸਵਾਰੀ ਕਰ ਲਈ ਗਈ ਹੈ। ਸੋ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਇਹ ਵਰਤਾਰੇ ਵਾਪਰਦੇ ਨੇ, ਕੀ ਕਾਰਨ ਹੋ ਜਾਂਦੇ ਨੇ। ਮੇਰੇ ਨਾਲ ਫੋਨ 'ਤੇ ਆਪਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਅਤੇ ਲੇਖਕ ਦੀਪਕ ਅਗਨੀਹੋਤਰੀ ਜੀ ਦੇ ਨਾਲ। ਸੋ ਉਸ ਤੋਂ ਪਹਿਲਾਂ ਇੱਕ ਮੈਂ ਗੱਲ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਅਫੀਸ਼ੀਅਲ ਪੇਜ 'ਤੇ ਜਦੋਂ ਮੁੱਖ ਮੰਤਰੀ ਸਾਹਿਬ ਦੇ ਨਾਲ ਡਾਕਟਰ ਰਾਜ ਕੁਮਾਰ ਦੀ ਫੋਟੋ ਵਾਇਰਲ ਹੁੰਦੀ ਹੈ, ਯਾਨੀ ਕਿ ਅਪਲੋਡ ਕੀਤੀ ਜਾਂਦੀ ਹੈ ਜੁਆਇਨਿੰਗ ਦੀ, ਉਹਨਾਂ ਦੇ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਸਰੋਪਾ ਪਾਇਆ ਜਾਂਦਾ, ਤਾਂ ਉੱਪਰ ਹੈਸ਼ਟੈਗ ਕੀਤਾ ਜਾਂਦਾ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਮਜ਼ਬੂਤ ਹੋਇਆ ਆਪ ਪੰਜਾਬ ਦਾ ਪਰਿਵਾਰ। ਮਤਲਬ ਕਿ 92 ਸੀਟਾਂ ਜਿੱਤਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਅਜੇ ਮਜ਼ਬੂਤ ਨਹੀਂ ਆ, ਠੋਸ ਨਹੀਂ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਖੁਦ ਆਮ ਆਦਮੀ ਪਾਰਟੀ ਆਪਣੀ ਜ਼ੁਬਾਨੀ ਕਹਿ ਰਹੀ ਹੈ। ਹੈਸ਼ਟੈਗ ਹੋਇਆ ਮਜ਼ਬੂਤ ਹੋਇਆ ਆਪ ਪੰਜਾਬ ਦਾ ਪਰਿਵਾਰ। ਮਤਲਬ ਕਿ ਇਹ 92-117 ਦੇ ਵਿੱਚੋਂ 92 ਵਿਧਾਇਕ ਆਪਣੇ ਜਿਤਵਾ ਕੇ ਇਤਿਹਾਸਿਕ ਜਿੱਤ ਹਾਸਲ ਕਰਕੇ 3.25 ਕਰੋੜ ਪੰਜਾਬੀਆਂ ਦਾ ਵਿਸ਼ਵਾਸ ਹਾਸਲ ਕਰਕੇ ਇਹ ਪਾਰਟੀ ਅਜੇ ਤੱਕ ਮਜ਼ਬੂਤ ਨਹੀਂ ਹੋਈ। ਜਦੋਂ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਹੁਣ ਇਹਨਾਂ ਵੱਲੋਂ ਜਿਨ੍ਹਾਂ ਨੂੰ ਲੰਬੇ ਹੱਥੀਂ ਲਿਆ ਜਾਂਦਾ ਸੀ ਜਾਂ ਜਿਨ੍ਹਾਂ ਰਾਜਨੀਤਿਕ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਲੰਬੇ ਹੱਥੀਂ ਲਿਆ ਜਾਂਦਾ ਸੀ ਉਹਨਾਂ ਦੀ ਹੁਣ ਸਵਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਸੋ ਇਸ ਤਰ੍ਹਾਂ ਦੇ ਵਰਤਾਰਿਆਂ ਤੋਂ ਅਸੀਂ ਇੱਕ ਗੱਲ ਵੀ ਕਹਿ ਸਕਦੇ ਹਾਂ ਕਿ ਰਾਜਨੀਤੀ ਹੈ ਜਿਹੜੀ ਉਹ ਅੱਜ ਦੇ ਸਮੇਂ ਦੇ ਵਿੱਚ ਉਹ ਬੇਸ਼ਰਮਾ ਦੀ ਰਾਜਨੀਤੀ ਬਣ ਕੇ ਰਹਿ ਚੁੱਕੀ ਹੈ। ਜਿਸ ਤਰ੍ਹਾਂ ਦੇ ਨਾਲ ਦਿਨ ਪ੍ਰਤੀ ਦਿਨ ਦੇਸ਼ ਦੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਦੇ ਉਤਰਾਅ ਚੜ੍ਹਾਅ ਨਜ਼ਰ ਆ ਰਹੇ ਨੇ, ਸੋ ਉਸ ਨੂੰ ਵੇਖ ਕੇ ਅਸੀਂ ਸਹਿਜੇ ਹੀ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ਦੀ ਰਾਜਨੀਤੀ ਹੈ ਜਿਹੜੀ ਉਹ ਸਿਰਫ ਅਤੇ ਸਿਰਫ ਬੇਸ਼ਰਮਾ ਦੀ ਹੋ ਕੇ ਰਹਿ ਚੁੱਕੀ ਹੈ। ਮੇਰੇ ਨਾਲ ਫੋਨ ਲਾਈਨ 'ਤੇ ਦੀਪਕ ਅਗਨੀਹੋਤਰੀ ਜੀ ਜੁੜ ਚੁੱਕੇ ਨੇ, ਇੱਕ ਵਾਰ ਮੁੜ ਤੋਂ ਦੀਪਕ ਜੀ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਚੇਤਨ ਜੀ, ਸਾਰੇ ਦਰਸ਼ਕਾਂ ਦਾ, ਹੁਸ਼ਿਆਰਪੁਰ ਨਿਊਜ਼ ਵਾਲਿਆਂ ਦਾ ਵੀ ਸਵਾਗਤ ਹੈ ਜੀ। ਜੀ
ਦੀਪਕ ਜੀ, ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਫੇਰਬਦਲ ਹੋਇਆ, ਉਥਲ ਪੁਥਲ ਹੋਇਆ, ਜਾਂ ਆਪਾਂ ਪੰਜਾਬੀ ਦੇ ਵਿੱਚ ਇੰਝ ਵੀ ਕਹਿ ਸਕਦੇ ਹਾਂ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਭੂਚਾਲ ਆਇਆ। ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਚੱਬੇਵਾਲ ਦੇ ਮੌਜੂਦਾ ਵਿਧਾਇਕ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦਿਆਂ ਹੋਇਆਂ ਆਮ ਆਦਮੀ ਪਾਰਟੀ ਦੀ ਉਹ ਬੇੜੀ ਦੇ ਵਿੱਚ ਸਵਾਰ ਹੋ ਚੁੱਕੇ ਨੇ। ਸਭ ਤੋਂ ਪਹਿਲਾਂ ਕੀ ਪ੍ਰਤੀਕਿਰਿਆ, ਕੀ ਕਹਿਣਾ ਚਾਹੁੰਦੇ ਹੋ ਜੀ? ਚੇਤਨ ਜੀ, ਇਹ ਮੈਂ ਦੁਰਭਾਗ ਕਾਂਗਰਸੀਆਂ ਦਾ ਨੀ ਕਹੂੰਗਾ, ਇਹ ਮਾੜੀ ਕਿਸਮਤ ਡਾਕਟਰ ਰਾਜ ਕੁਮਾਰ ਦੀ ਨੀ ਕਹੂੰਗਾ ਮੈਂ ਜੀ। ਤੁਹਾਨੂੰ ਯਾਦ ਹੋਣਾ 6 ਸਤੰਬਰ 2023 ਨੂੰ ਆਪਾਂ ਇੱਕ ਸਟੂਡੀਓ ਪ੍ਰੋਗਰਾਮ ਕੀਤਾ ਸੀ, ਡਾਕਟਰ ਸਾਹਿਬ ਦੇ ਦੋਸ਼ ਲੱਗੇ ਸਨ ਜੋ ਜਾਲੀ ਸੈਂਕਸ਼ਨ ਲੈਟਰ ਨੂੰ 4500 ਬੇਘਰਾਂ ਨੂੰ ਜਿਹੜੇ ਦੇਣੇ ਸੀ, ਉੱਥੇ ਇੱਟ ਕੋਈ ਨੀ ਸੀ ਲੱਗੀ ਤੇ ਉਹ 5 ਕਰੋੜ ਦਾ ਮਸਲਾ ਸੀ ਜੀ। ਉਹ ਇਬਾਦਤ ਇਹਦੀ ਜਿਹੜੀ ਆ ਉੱਥੋਂ ਲਿਖ ਹੋ ਗਈ ਸੀ, ਇਹ ਵੱਖਰੀ ਗੱਲ ਆ। ਉਸ ਤੋਂ ਬਾਅਦ ਇਕਦਮ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ ਗੱਲਬਾਤ ਸ਼ੁਰੂ ਹੋ ਗਈ ਤੇ ਮਾਮਲਾ ਲਟਕ ਗਿਆ ਸੀ ਜੀ। ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ 2 ਕੁ ਦਿਨ ਪਹਿਲਾਂ ਉਹ ਕਰਜ਼ੇ ਦੀ ਪੰਡ ਲੈ ਕੇ ਜਾਂਦੇ ਆ, ਫਿਰ ਸੰਗਤ ਲੈ ਕੇ ਜਾਂਦੇ ਆ, ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਦੀ ਉਹਨਾਂ ਨੂੰ ਘੁਰਕੀ ਵੱਜਦੀ ਆ ਜੀ। ਉਹ ਘੁਰਕੀ ਦਾ ਅਸਰ ਅੱਜ ਤੁਹਾਡੇ ਸਾਹਮਣੇ ਸਾਰਿਆਂ ਦੇ ਦਿਖਾਈ ਦੇ ਰਿਹਾ। ਪਰ ਕੁਝ ਦੀਪਕ ਜੀ, ਕੁਝ ਮੀਡੀਆ ਹਾਊਸਿਸ ਵੱਲੋਂ ਇਹ ਵੀ ਦਿਖਾਇਆ ਜਾ ਰਿਹਾ ਕਿ ਮਾਈਨਿੰਗ ਦੇ ਵੀ ਵੱਡੇ ਦੋਸ਼ ਲੱਗੇ ਨੇ, ਵਿਜੀਲੈਂਸ ਇਨਕੁਆਇਰੀ ਦੇ ਡਰੋਂ ਡਾਕਟਰ ਰਾਜ ਕੁਮਾਰ ਜਿਹੜੇ ਉਧਰ ਨੂੰ ਭੱਜੇ ਨੇ ਜੀ। ਚੇਤਨ ਜੀ, ਅਗਰ ਤੁਸੀਂ ਉਹਨਾਂ ਦੇ ਡਾਕਟਰ ਰਾਜ ਕੁਮਾਰ ਜੀ ਦੀ ਪ੍ਰਤੀਕਿਰਿਆ ਸ਼ਾਮਲ ਹੋਣ ਤੋਂ ਬਾਅਦ ਦੋ ਮੰਤਰੀਆਂ ਦੇ ਮੀਤ ਹੇਅਰ ਤੇ ਆਪਣੇ ਖਜ਼ਾਨਾ ਮੰਤਰੀ ਦੇ, ਮੈਂ ਸੁਣੀ ਸੀ ਉਹ ਕਹਿੰਦੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਬੇਹੱਦ ਪ੍ਰਭਾਵਿਤ ਹਾਂ। ਨਹੀਂ ਸਰ, ਇੱਕ ਤੁਸੀਂ ਯਾਦ ਹੋਣਾ ਸਾਡੇ ਉਸ ਸਟੂਡੀਓ ਪ੍ਰੋਗਰਾਮ ਨੂੰ ਡਾਕਟਰ ਰਾਜ ਕੁਮਾਰ ਆਪ ਹੀ ਸਾਰਥਕ ਕਰ ਰਹੇ ਸੀ, ਉਹ 5 ਕਰੋੜ ਦਾ ਮਸਲਾ ਜਿਹੜਾ ਅਜੇ ਵੀ ਚੱਲ ਰਿਹਾ ਜੀ। ਕੁਛ ਭਰੋਸੇਯੋਗ ਸੂਤਰਾਂ ਨੇ ਵਿੱਚੋਂ ਇਹ ਵੀ ਗੱਲ ਦੱਸੀ ਹੈਗੀ ਆ ਵੀ ਡਾਕਟਰ ਰਾਜ ਕੁਮਾਰ ਜੀ ਦੇ ਉੱਤੇ ਵਿਜੀਲੈਂਸ ਔਰ ਮਾਈਨਿੰਗ ਦੇ ਜਿਹੜੇ ਤੁਸੀਂ ਕਹਿੰਦੇ ਆ ਦੋਸ਼, ਉਹ ਬਿਲਕੁਲ ਲੱਗ ਰਹੇ ਸੀਗੇ ਔਰ ਜਲਦੀ ਇਹਨਾਂ ਤੇ ਗਾਜ ਡਿੱਗਣ ਵਾਲੀ ਸੀ। ਦੀਪਕ ਜੀ, ਦੂਜੇ ਪਾਸੇ ਆਪਾਂ ਇਹ ਵੀ ਦੇਖਿਆ ਸੀ ਕਿ ਐਂਟੀਸਪੀਟਰੀ ਬਿੱਲ ਡਾਕਟਰ ਰਾਜ ਕੁਮਾਰ ਵੱਲੋਂ ਲੈ ਲਈ ਗਈ ਸੀ ਪਹਿਲਾਂ ਹੀ ਹੁਸ਼ਿਆਰਪੁਰ ਦੀ ਮਾਣਯੋਗ ਅਦਾਲਤ ਵਿੱਚੋਂ। ਬਿਲਕੁਲ ਜੀ, ਤੇ ਹੁਣ ਅਦਾਲਤ ਦੇ ਵਿੱਚ ਜਾਣ ਦਾ ਵੀ ਡਾਕਟਰ ਸਾਹਿਬ ਦਾ ਇਹੀ ਨਜ਼ਰੀਆ ਸੀ ਕਿ ਉਹਨਾਂ ਨੂੰ ਡਰ ਸੀ ਕਿ ਜਿਸ ਤਰ੍ਹਾਂ ਦਾ ਹਮਲਾਵਰ ਰੁੱਖ ਭਗਵੰਤ ਮਾਨ ਨੇ ਪਹਿਲੇ ਦਿਨ ਤੋਂ ਹੀ ਅਪਣਾਇਆ ਹੈ ਮੁੱਖ ਮੰਤਰੀ ਦੇ, ਉਸਦਾ ਸ਼ਿਕਾਰ ਉਹ ਵੀ ਹੋ ਸਕਦੇ ਨੇ ਜੀ। ਹੁਣ ਤਾਂ ਸ਼ਿਕਾਰ ਨਹੀਂ ਹੋਏ, ਹੁਣ ਤਾਂ ਨਿਗਲ ਲੈ ਗਏ। ਸੰਗਲ ਲੈ ਕੇ ਜਾਣਾ, ਕਰਜ਼ੇ ਦੀ ਪੰਡ ਚੁੱਕ ਕੇ ਜਾਣਾ, ਮੀਡੀਆ ਦੇ ਵਿੱਚ ਹਾਈਲਾਈਟ ਹੋਣਾ, ਇਹ ਤਿੰਨੋਂ ਚੀਜ਼ਾਂ ਬਹੁਤ ਕੁਝ ਬਿਆਨ ਕਰਦੀਆਂ ਨੇ, ਤਿੰਨ ਤਰ੍ਹਾਂ ਦੀਆਂ ਤਸਵੀਰਾਂ ਦੀਪਕ ਜੀ। ਤਾਂ ਹੁਣ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਾ, ਤੁਰੰਤ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਵਿਧਾਇਕੀ ਤੋਂ ਅਸਤੀਫਾ ਦੇ ਦੇਣਾ, ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਵਿਧਾਇਕ ਡਾਕਟਰ ਰਾਜ ਕੁਮਾਰ ਦਾ ਸਿਆਸੀ ਕਰੀਅਰ ਕਿੱਥੇ ਸਟੈਂਡ ਕਰਦਾ ਹੁਣ? ਆਮ ਜਿਹੜੇ ਲੋਕ ਜਿਹਨੂੰ ਖੁਦਕੁਸ਼ੀ ਕਹਿੰਦੇ ਨਾ, ਮੈਂ ਤਾਂ ਇਹਨੂੰ ਡਾਕਟਰ ਸਾਹਿਬ ਨੂੰ ਖੁਦਕੁਸ਼ੀ ਦਾ ਜਿਹੜੀ ਸੰਗਿਆ ਇਹਨੂੰ ਵਿਸ਼ੇਸ਼ਣ ਦਾ ਨਾਮ ਦਊਂਗਾ, ਉਹਨੀ ਇਹ ਨਾ ਖੁਦਕੁਸ਼ੀ ਕੀਤੀ ਹੈ। ਦੇਖੋ, ਅਸਤੀਫਾ ਉਹਨਾਂ ਨੇ ਐਮਐਲਏਸ਼ਿਪ ਤੋਂ ਵੀ ਦੇ ਦਿੱਤਾ ਜੀ। ਅਗਰ ਐਮਪੀ ਚੋਣ ਲੜਦੇ ਵੀ ਆ ਤੇ ਉਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਵੱਡੇ ਚੁਣੌਤੀਆਂ, ਕਿਉਂਕਿ ਉਹਨੂੰ ਚੱਬੇਵਾਲ ਦੇ ਹਰਮਿੰਦਰ ਸੰਧੂ ਜੀ ਉਹਨਾਂ ਨੂੰ ਸਵੀਕਾਰ ਨਹੀਂ ਕਰਨਗੇ। ਬਿਲਕੁਲ, ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਭਰ ਦੇ ਵਿੱਚ ਆਮ ਆਦਮੀ ਪਾਰਟੀ ਪਹਿਲਾਂ ਹੀ ਉਹ ਇੱਕ ਧੜੇਬੰਦੀ ਦਾ ਸ਼ਿਕਾਰ ਹੋਈ ਆ ਵੱਡੇ ਪੱਧਰ ਤੇ, ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਚੱਬੇਵਾਲ ਦੇ ਵਿੱਚ ਵੀ ਅਜਿਹੇ ਰੁਝਾਨ ਵੇਖਣ ਨੂੰ ਸਾਹਮਣੇ ਆਉਣਗੇ ਵੱਡੇ ਪੱਧਰ ਤੇ।
ਬਿਲਕੁਲ ਬਿਲਕੁਲ ਜੀ, ਧੜੇਬੰਦੀ ਤੇ ਵੀ ਆਣਗੇ। ਔਰ ਤੁਸੀਂ ਸਭ ਤੋਂ ਵੱਡੀ ਗੱਲ ਇਹ ਦੇਖੋ ਵੀ ਚੁੱਪ ਚਾਪ, ਮਤਲਬ ਉਹਨਾਂ ਨੇ ਇਹ ਇੰਤਜ਼ਾਰ ਵੀ ਨੀ ਕੀਤਾ ਵੀ 2-4 ਦਿਨ ਦੇ ਵਿੱਚ ਵਿੱਚ ਜਿਹੜਾ ਚੋਣ ਜਾਬਤਾ ਲੱਗ ਜਾਣਾ ਔਰ ਮੈਂ ਸਿਕਿਓਰ ਹੋ ਜਾਣਾ। ਔਰ ਉਹਨਾਂ ਇਹ ਵੀ ਇੰਤਜ਼ਾਰ ਨਹੀਂ ਕਰੇ, ਉਹਨਾਂ ਨੂੰ ਇਹ ਡਰ ਸੀ ਕਿ ਕਿਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਉਹਨਾਂ ਨੂੰ ਚੋਣ ਜਾਬਤੇ ਤੋਂ ਪਹਿਲਾਂ ਹੀ ਗ੍ਰਿਫਤਾਰ ਨਾ ਕਰ ਲਏ ਜੀ। ਪਰ ਦੀਪਕ ਜੀ, ਇੱਕ ਆਪਾਂ ਵੇਖਦੇ ਹਾਂ ਆਮ ਆਦਮੀ ਪਾਰਟੀ ਸਾਲ 2022 ਵਿਧਾਨ ਸਭਾ ਚੋਣਾਂ ਦੇ ਨਤੀਜੇ, 92 ਸੀਟਾਂ, ਇਤਿਹਾਸਿਕ ਜਿੱਤ। 92 ਸੀਟਾਂ ਹੋਣ ਦੇ ਬਾਵਜੂਦ, 3.25 ਕਰੋੜ ਪੰਜਾਬੀਆਂ ਦਾ ਭਰੋਸਾ ਮਿਲਣ ਦੇ ਬਾਵਜੂਦ ਵੀ ਇਹਨਾਂ ਨੂੰ ਦਲ ਬਦਲਾਂ ਵੱਲ ਵੇਖਣ ਦੀ ਲੋੜ ਪੈ ਰਹੀ ਆ। ਦੇਖੋ ਚੇਤਨ ਜੀ, ਇਹ ਸਾਰੇ ਜਿੰਨੀ ਵੀ ਆਮ ਆਦਮੀ ਪਾਰਟੀ ਹੈ ਫੇਸਬੁੱਕ ਤੋਂ, ਸੋਸ਼ਲ ਮੀਡੀਆ ਤੋਂ ਉਪਜੀ ਹੈ। ਬਿਲਕੁਲ ਬਿਲਕੁਲ, ਗਰਾਊਂਡ ਲੈਵਲ ਦੇ ਉੱਤੇ ਜਿਹੜਾ ਹੈਗਾ ਹਜੇ ਕੰਮ ਕਰਨ ਦਾ ਇਹਨਾਂ ਨੂੰ ਤਜਰਬਾ ਨਹੀਂ ਹੈਗਾ। ਕੁਛ ਜਿਹੜੇ ਪੜ੍ਹੇ ਲਿਖੇ ਵਰਗ ਜਿਹੜਾ ਇਹਨਾਂ ਨਾਲ ਜੁੜਿਆ ਸੀ ਉਹ ਤਾਂ ਇਸ ਗੱਲ ਨੂੰ ਮਹਿਸੂਸ ਕਰ ਗਿਆ। ਔਰ ਅਕਾਲੀ ਦਲ ਕਾਂਗਰਸ ਤੋਂ ਜਿਹੜੀ ਵੋਟ ਦੁਖੀ ਸੀ ਉਹ ਵਾਪਸ ਘਰ ਮੁੜ ਜਾਣੀ ਆ। ਡਾਕਟਰ ਸਾਹਿਬ ਨੂੰ ਵੀ ਇਹ ਵਹਿਮ ਹੈ ਵੀ ਕਾਂਗਰਸ ਸਾਰੀ ਜਿਹੜੀ ਆ ਨਾਲ ਚੱਲ ਜਾਣੀ, ਉਹ ਬਿਲਕੁਲ ਨਾਲ ਨੀ ਜਾਣੀ ਆ। ਔਰ ਉਸੇ ਦਾ ਹੀ ਨਤੀਜਾ ਇਹ ਹੋਣਾ ਕਿ ਉਹਨਾਂ ਨੇ ਆਪਣਾ ਸਿਆਸੀ ਕਤਲ ਆਪਣੇ ਹੱਥੀ ਕਰ ਲਿਆ। ਪ੍ਰਦੀਪ ਜੀ, ਦੂਜੇ ਪਾਸੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਕੱਲ ਪੰਜਾਬ ਦੇ ਵਿੱਚ ਪਹਿਲੀ ਲਿਸਟ ਜਾਰੀ ਹੋਈ ਹੈ 8 ਉਮੀਦਵਾਰਾਂ ਦੀ, ਠੀਕ ਹੈ ਜੀ। ਉਸ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜੀ ਇੱਕ ਵਾਚਣਯੋਗ ਗੱਲ ਹੈ, ਕਾਬਿਲੇ ਗੌਰ ਕਰਨ ਵਾਲੀ ਗੱਲ ਹੈ ਕਿ ਉਸ ਉਹਨਾਂ ਉਮੀਦਵਾਰਾਂ ਦੇ ਵਿੱਚ 4 ਮੰਤਰੀ ਨੇ, 1 ਮੌਜੂਦਾ ਵਿਧਾਇਕ ਹੈ, ਚਲੋ 1 ਮੌਜੂਦਾ MP ਵੀ ਹੈ, ਚਲੋ ਕਾਂਗਰਸ ਪਾਰਟੀ ਤੋਂ ਲਿਆਂਦਾ ਸੀ ਜ਼ਿਮਨੀ ਚੋਣ ਤੋਂ ਪਹਿਲਾਂ। ਅੱਜ ਤੱਕ 92 ਸੀਟਾਂ ਹੋਣ ਦੇ ਬਾਵਜੂਦ ਮੈਂ ਵਾਰ ਵਾਰ ਇੱਕ ਗੱਲ ਮੁੜ ਤੋਂ ਤਾਂ ਕਰਕੇ ਦੁਹਰਾ ਰਿਹਾ ਕਿਉਂਕਿ ਅੱਜ ਤੱਕ ਕਿਸੇ ਵੀ ਰਾਜਸੀ ਪਾਰਟੀ ਨੂੰ ਇੱਡੀ ਵੱਡੀ ਜਿੱਤ ਹਾਸਲ ਨਹੀਂ ਹੋਈ ਸੀ। ਇਹਨਾਂ ਨੂੰ 92 ਦੇ ਵਿੱਚੋਂ ਕਿਉਂ ਬੰਦੇ ਉਤਾਰਨੇ ਪੈ ਰਹੇ ਨੇ? 2 ਸਾਲਾਂ ਦੇ ਵਿੱਚ ਲੋਕਾਂ 'ਤੇ ਭਰੋਸਾ ਨਹੀਂ ਬਣਾ ਸਕੇ, ਕਿਸੇ ਵੀ ਕੈਂਡੀਡੇਟ ਦੀ ਤਿਆਰੀ ਨਹੀਂ ਕਰਵਾ ਸਕੇ, ਜੇ ਇਹਨਾਂ ਨੂੰ ਕੀ ਲੋੜ ਪੈ ਗਈ ਕਿ 4 ਮੰਤਰੀਆਂ ਨੂੰ ਦੁਬਾਰਾ ਮੈਦਾਨ ਦੇ ਵਿੱਚ ਉਤਾਰਨਾ ਪੈ ਰਿਹਾ ਜੀ? ਚੇਤਨ ਜੀ, ਪਹਿਲੀ ਤਾਂ ਗੱਲ ਇਹ ਸਪਸ਼ਟ ਆ ਵੀ ਇਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਜੀ। ਸੈਕੰਡਲੀ ਗੱਲ ਆ ਵੀ ਇਹ ਆਪਣੇ ਵਲੰਟੀਅਰਸ ਦੇ ਅੰਦਰ ਝਾਤ ਨਹੀਂ ਮਾਰ ਰਹੇ। ਵਲੰਟੀਅਰਸ ਨੂੰ ਜਿਸ ਤਰ੍ਹਾਂ ਨਹੀਂ ਦੱਸਿਆ ਸੀ ਕੋਈ ਪੈਂਚਰ ਲਾਣੇ ਵਾਲਾ ਆ, ਕੋਈ ਕਿਸੇ ਤਰ੍ਹਾਂ ਦਾ ਆ, ਕੋਈ ਕਿਸੇ ਤਰ੍ਹਾਂ ਦਾ, ਹੁਣ ਵੀ ਅਗਰ ਉਹਨਾਂ ਚੋਂ ਚੱਕ ਲੈਂਦੇ ਤਾਂ ਉਹੀ ਸ਼ਾਇਦ ਵਲੰਟੀਅਰ ਮਿਹਨਤ ਕਰਦੇ। ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਬੜੇ ਫੇਸਬੁੱਕ ਤੇ ਹਰ ਵੇਲੇ ਕ੍ਰੀਏਟਿਵ ਰਹਿੰਦੇ, ਜਾਂ ਇਹਨਾਂ ਦਾ ਜਿਹੜਾ ਡਿੰਗ ਹੈਗਾ ਫੇਸਬੁੱਕ ਦਾ, ਉਹਦੇ ਵਿੱਚ ਵੀ ਕਮੈਂਟਸ ਨੂੰ ਤੁਸੀਂ ਜਾ ਕੇ ਪੜੋ, ਉਹ ਬਿਲਕੁਲ ਇਹ ਸਵੀਕਾਰ ਨਹੀਂ ਕਰ ਰਹੇ ਕਿ ਡਾਕਟਰ ਰਾਜ ਕੁਮਾਰ ਨੂੰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਲਿਆ ਜਾਵੇ। ਮੈਨੂੰ ਲੱਗਦਾ, ਹਾਲਾਂਕਿ ਮੈਂ ਨਾਮ ਨਹੀਂ ਚਲੋ ਲੈਣਾ ਚਾਹੁੰਦਾ, ਅਜੇ ਤੱਕ ਬਹੁਤ ਸਾਰੇ ਵਰਕਰਾਂ ਦੀਆਂ, ਬਹੁਤ ਸਾਰੇ ਇੱਥੋਂ ਤੱਕ ਕਿ ਆਗੂਆਂ ਦੀਆਂ, ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਫੋਨ ਕਾਲਸ ਆ ਰਹੀਆਂ ਨੇ, ਵਟਸਐਪ 'ਤੇ ਕਾਲਸ ਆ ਰਹੀਆਂ ਨੇ, ਜਿਹੜੇ ਅੰਦਰੋਂ ਪੂਰੀ ਤਰ੍ਹਾਂ ਨਿਰਾਸ਼ ਨੇ, ਟੁੱਟ ਚੁੱਕੇ ਨੇ, ਅਤੇ ਸਿੱਧੇ ਤੌਰ 'ਤੇ ਮੀਡੀਆ ਦੇ ਨਾਲ ਵਰਡਿੰਗ ਯੂਜ਼ ਕਰ ਰਹੇ ਕਿ ਆਮ ਆਦਮੀ ਪਾਰਟੀ ਵਰਕਰਾਂ ਦੀ ਆ ਜਿਹੜੀ ਉਹ ਬਿਲਕੁਲ ਵੀ ਕਦਰ ਨਹੀਂ ਕਰ ਰਹੀ ਜੀ। ਅਤੇ ਹੋ ਸਕਦਾ ਮੈਂ ਜਦੋਂ ਉਹਨਾਂ ਨੂੰ ਕਹਿੰਦਾ ਕਿ ਆਓ ਆਪਾਂ ਇੰਟਰਵਿਊ ਕਰਦੇ ਹਾਂ ਖੁੱਲ੍ਹ ਕੇ, ਪਰ ਅਜੇ ਝਿਜਕਦੇ ਨੇ, ਕਹਿੰਦੇ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕਰ ਕੀ ਰਹੇ ਆ ਅਤੇ ਕੀ ਕਰਨਾ ਚਾਹੁੰਦੇ ਨੇ ਇਹ। ਦੇਖੋ ਡਾਕਟਰ ਸਾਹਿਬ ਦੇ ਸ਼ਾਮਲ ਹੋਣ ਤੋਂ ਬਾਅਦ ਡਾਕਟਰ ਸਾਹਿਬ ਦੇ ਭਰਾ ਜਤਿੰਦਰ ਜੀ ਬਹੁਤ ਜਗ੍ਹਾ ਫੋਨ ਕਰਕੇ ਪੁੱਛ ਰਹੇ ਆ ਕਿ ਆਹ ਫੈਸਲਾ ਦਰੁਸਤ ਹੈ। ਔਰ ਮੇਰੇ ਜਿੰਨੇ ਕੁ ਮੈਨੂੰ ਫੋਨ ਕਾਲਸ ਆਏ ਆ ਜਾਂ ਮੇਰੇ ਜਿਹੜੇ ਸੈਲਸ ਹੈਗੇ ਆ ਉਹਨਾਂ ਤੋਂ ਮੈਂ ਪਤਾ ਕੀਤਾ ਹੈਗਾ, ਉਹ ਕਿਸੇ ਨੇ ਵੀ ਇਸ ਫੈਸਲੇ ਨੂੰ ਦਰੁਸਤ ਨਹੀਂ ਕਿਹਾ, ਕਿਸੇ ਨੇ ਵੀ ਇਸ ਨੂੰ ਠੀਕ ਨਹੀਂ ਕਿਹਾ, ਸਭ ਨੇ ਕਿਹਾ ਇਹ ਗਲਤ ਕੀਤਾ। ਔਰ ਇਸ ਦਾ ਖਵੈਜਾ ਡਾਕਟਰ ਸਾਹਿਬ ਨੇ ਆਪਣੇ ਪੋਲੀਟੀਕਲ ਕੈਰੀਅਰ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਗਾ ਲਿਆ ਇਸ ਫੈਸਲੇ ਦੇ ਨਾਲ। ਬਹੁਤ ਸਾਰੇ ਲੋਕ ਚਲੋ ਮੀਡੀਆ ਦੇ ਕੈਮਰੇ ਸਾਹਮਣੇ ਨਹੀਂ ਆ ਰਹੇ ਨੇ, ਪਰੰਤੂ ਦਬੀ ਜ਼ੁਬਾਨ ਦੇ ਵਿੱਚੋਂ ਇਹ ਵੀ ਦੀਪਕ ਜੀ ਕਹਿੰਦੇ ਆਪਾਂ ਆਮ ਹੀ ਸੁਣਾਈ ਦੇ ਰਹੇ ਨੇ ਕਿ ਡਾਕਟਰ ਸਾਹਿਬ ਨੇ ਆਪਣਾ ਜਿਹੜਾ ਸਿਆਸੀ ਕਰੀਅਰ ਆਪਣੇ ਪੈਰ 'ਤੇ ਆਪ ਕੁਹਾੜੀ ਮਾਰਨ ਵੱਲ ਇੱਕ ਕਦਮ ਪੁੱਟ ਰਿਹਾ ਜੀ।
ਬਿਲਕੁਲ ਬਿਲਕੁਲ ਸਰ, ਦੇਖੋ ਦੋ ਵਾਰੀ ਇਹ ਪਿਛਲੀ ਵਾਰ ਵੀ ਬੜੇ ਥੋੜੀਆਂ ਵੋਟਾਂ ਨਾਲ ਹਾਰੇ ਸੀ ਕਾਂਗਰਸ ਤੋਂ, ਔਰ ਕਾਂਗਰਸ ਹਾਈ ਕਮਾਂਡ ਇਸ ਵਾਰ ਵੀ ਇਹਨਾਂ ਨੂੰ ਟੈਂਟ ਦੀ ਪੇਸ਼ ਕਰ ਰਹੀ ਸੀ। ਪਤਾ ਨੀ ਕਿਹੜੀ ਵੇਲਣੇ ਚ ਬਾਹ ਆ ਗਈ ਐਡੀ ਸੀ ਜਲਦੀ, ਪਰ ਵੇਲਣੇ ਵਾਲੀ ਬਾਹ ਤਾਂ ਸਭ ਨੂੰ ਸਪਸ਼ਟ ਦਿਖਾਈ ਦੇ ਰਹੀ ਹੈ। ਜਿਹੜਾ ਜਿਹਦੀ ਸ਼ੁਰੂਆਤ ਅਸੀਂ ਕੀਤੀ ਸੀ, ਜਿਸ ਦਾ ਭਾਂਡਾ ਅਸੀਂ ਦੋਨਾਂ ਨੇ ਬੈਠ ਕੇ ਭੰਨਿਆ, ਹੁਸ਼ਿਆਰਪੁਰ ਨਿਊਜ਼ ਦਾਰੇ ਵੱਲੋਂ ਖੁਲਾਸਾ ਕੀਤਾ ਗਿਆ ਸੀ ਉਹਦਾ। ਬਿਲਕੁਲ ਬਿਲਕੁਲ, ਇਹ ਵੀ ਸੁਣਨ ਚ ਆਇਆ ਵੀ ਕੁਛ ਅਜਿਹੀਆਂ ਵੀਡੀਓਜ਼ ਵੀ ਆ ਭੱਠੇ ਵਾਲਿਆਂ ਦੀਆਂ ਜਿਹੜੀਆਂ ਇਸ ਵੇਲੇ ਮੁੱਖ ਮੰਤਰੀ ਦੇ ਕੋਲ ਪਹੁੰਚ ਚੁੱਕੀਆਂ ਇਹਨਾਂ ਦੀਆਂ। ਪਰ 2019 ਦੇ ਵਿੱਚ ਜਦੋਂ ਡਾਕਟਰ ਰਾਜਕੁਮਾਰ ਲੋਕ ਸਭਾ ਦੀ ਚੋਣ ਲੜਦੇ ਨੇ, ਉਦੋਂ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ 9 ਵਿਧਾਨ ਸਭਾ ਦੇ ਹਲਕੇ ਅਧੀਨ ਆਉਂਦੇ ਨੇ, ਉਹਨਾਂ ਵਿੱਚੋਂ ਜ਼ਿਆਦਾਤਰ ਤੇ ਕਾਂਗਰਸ ਕਾਬਜ਼ ਸੀ, ਬਾਵਜੂਦ ਇਸ ਤੇ ਡਾਕਟਰ ਰਾਜਕੁਮਾਰ ਨੂੰ 50,000 ਦੇ ਕਰੀਬ ਦੀ ਲੀਡ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2022 ਦੇ ਵਿੱਚ ਝੱਖੜ ਚੱਲਦਾ ਆਮ ਆਦਮੀ ਪਾਰਟੀ ਦਾ, ਤੇ ਉਹ ਝੱਖੜ ਆ ਜਿਹੜਾ ਉਹ ਇੱਕ ਹੁਣ ਹਵਾ ਤੋਂ ਵੀ ਨਿੱਕਾ ਹੋ ਚੁੱਕਿਆ ਜੀ 2024 ਦੇ ਤੱਕ। ਦੇਖੋ ਸਰ, ਆਮ ਆਦਮੀ ਪਾਰਟੀ ਜਿਹੜੀ ਆ ਨਾ, ਉਹ ਉਸਨੇ ਬੜੇ ਲੋਕਾਂ ਨੇ ਬਹੁਤ ਜ਼ਿਆਦਾ ਵਿਸ਼ਵਾਸ ਨਾਲ ਇਹਨਾਂ ਨੂੰ ਲਿਆਂਦਾ ਸੀ ਤਾਂ ਕਿ ਨਵੀਂ ਚੀਜ਼ ਆਵੇ। ਨਵਾਂ ਤਾਂ ਕੁਛ ਵੀ ਨਹੀਂ ਆ, ਤੁਸੀਂ ਭਗਵੰਤ ਮਾਨ ਜੀ ਦੀ ਸਟੇਟਮੈਂਟ ਮੁੱਖ ਮੰਤਰੀ ਤੋਂ ਪਹਿਲਾਂ ਦੀਆਂ ਦੇਖ ਲਓ, ਮੁੱਖ ਮੰਤਰੀ ਬਣਨ ਤੋਂ ਬਾਅਦ ਆ ਇੱਕ ਜਿਹੜੀ ਭਾਸ਼ਾ ਜਿਹੜੀ ਆ ਇੱਕ ਮੁੱਖ ਮੰਤਰੀ ਦੀ ਸ਼ਬਦਾਵਲੀ, ਉਹ ਸ਼ਬਦਾਵਲੀ ਔਰ ਦੂਸਰੀ ਹੈਗੀ ਆ ਨਾ ਉਹ ਬਹੁਤ ਜਿਹੜੀ ਪੜ੍ਹੀ ਲਿਖੀ ਫੈਕਲਟੀ ਹੈ। ਦੇਖੋ ਚੇਤਨ ਜੀ, ਵੋਟਰ ਦੋ ਤਰ੍ਹਾਂ ਦਾ, ਇੱਕ ਦੂਸ਼ਣਬਾਜ਼ੀ ਕਰਨ ਦਾ ਢੰਗ ਹੈ ਜਿਹੜਾ ਉਹ ਲੋਕਾਂ ਨੂੰ ਜ਼ਿਆਦਾ ਭਰਮਾ ਨਹੀਂ ਰਿਹਾ ਜੀ, ਵਧੀਆ ਨਹੀਂ ਲੱਗ ਜਾ ਰਿਹਾ, ਚੰਗਾ ਨਹੀਂ ਲੱਗ ਰਿਹਾ, ਚੰਗਾ ਨਹੀਂ ਲੱਗ ਰਿਹਾ ਵੋਟਰ ਆ। ਇੱਕ ਤਾਂ ਡਾਇਰੈਕਟ ਜਿਹੜੇ ਪਾਰਟੀਆਂ ਨਾਲ ਜੁੜੇ ਆ ਔਰ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਆ ਜੀ, ਜਿਹੜੇ ਇੱਕ ਵੋਟਰ ਉਹ ਆ ਜਿਹੜਾ ਚੁੱਪ ਚਪੀਤੇ ਬੈਠਾ, ਉਹ ਹਰ ਪਾਰਟੀ ਦਾ ਕੇਡਰ ਜਿਹੜੇ ਕਹਿੰਦੇ ਉਸਨੂੰ, ਉਹ ਕੇਡਰ ਹੁੰਦਾ, ਉਹ ਕੇਡਰ ਨਹੀਂ ਟੁੱਟਣਾ ਡਾਕਟਰ ਰਾਜਕੁਮਾਰ ਜੀ ਕੋਲੋਂ, ਚਾਹੇ ਜਿੰਨਾ ਮਰਜ਼ੀ ਉਹ ਜ਼ੋਰ ਲਗਾ ਲੈਣ ਜੀ। ਬਹੁਤ ਬਹੁਤ ਧੰਨਵਾਦ ਦੀਪਕ ਜੀ, ਥੈਂਕ ਯੂ। ਸੋ ਇਹ ਸਨ ਦੀਪਕ ਅਗਨੀਹੋਤਰੀ, ਸੀਨੀਅਰ ਪੱਤਰਕਾਰ ਤੇ ਲੇਖਕ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਸੋ ਉਹਨਾਂ ਵੱਲੋਂ ਵੀ ਆਪਣੇ ਵਿਚਾਰ ਹੈ, ਆਪਣੇ ਸੋਰਸਾਂ ਤੋਂ ਜਾਣਕਾਰੀ ਲੈ ਕੇ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਦਾਰਾ ਹੁਸ਼ਿਆਰਪੁਰ ਨਿਊਜ਼ ਚੈਨਲ ਦੇ ਮਾਧਿਅਮ ਤੇ। ਸੋ ਤੁਹਾਨੂੰ ਇੱਕ ਵਾਰ ਮੁੜ ਤੋਂ ਦੁਹਰਾਦੇ ਹਾਂ ਕਿ ਮੇਰੇ ਵੱਲੋਂ ਤੇ ਮੇਰੇ ਸੀਨੀਅਰ ਪੱਤਰਕਾਰ ਦੀਪਕ ਅਗਨੀਹੋਤਰੀ ਜੀ ਵੱਲੋਂ ਇਸੇ ਸਟੂਡੀਓ ਰੂਮ ਦੇ ਵਿੱਚ ਬੈਠ ਕੇ ਸੈਂਕਸ਼ਨ, ਜਲਦੀ ਸੈਂਕਸ਼ਨ ਲੈਟਰਾਂ ਦਾ ਜਿਹੜਾ ਉਹ ਖੁਲਾਸਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਵਿਜੀਲੈਂਸ ਵੀ ਇਸ ਮਾਮਲੇ ਦੀ ਜਿਹੜੀ ਇਨਕੁਆਇਰੀ ਸ਼ੁਰੂ ਕਰ ਦਿੱਤੀ ਗਈ, ਤੇ ਮੁੜ ਉਸ ਤੋਂ ਬਾਅਦ ਵਿਜੀਲੈਂਸ ਤੋਂ ਗ੍ਰਿਫਤਾਰੀ ਤੋਂ ਬਚਣ ਲਈ ਡਾਕਟਰ ਰਾਜਕੁਮਾਰ ਵੱਲੋਂ ਹੁਸ਼ਿਆਰਪੁਰ ਦੀ ਮਾਣਯੋਗ ਅਦਾਲਤ ਵੱਲ ਰੁੱਖ ਕੀਤਾ ਗਿਆ ਸੀ ਤੇ ਐਂਟੀਸਪੀਟਰੀ ਬੇਲ ਵੀ ਉਹਨਾਂ ਵੱਲੋਂ ਹਾਸਲ ਕੀਤੀ ਗਈ ਸੀ, ਪਰੰਤੂ ਅੱਜ ਜੋ ਕਦਮ ਡਾਕਟਰ ਰਾਜਕੁਮਾਰ ਵੱਲੋਂ ਚੁੱਕਿਆ ਗਿਆ ਇਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਸੋ ਹੁਣ ਵਕਤ ਹੀ ਦੱਸੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਰਾਜਕੁਮਾਰ ਦਾ ਸਿਆਸੀ ਭਵਿੱਖ ਕੀ ਹੋਵੇਗਾ।